वाहिगुरु जी का खालसा, वाहिगुरु जी की फतेह। अज अपनी गलबात का विशा मायूसी उदासी दे नाल संबंधित रहेगा। मायूसी एक बीमारी है, उदासी एक किस्म का रोग है। दरवेश लोग, बहुत सियाने लोग, सुलझे हुए लोग, विद्वान समझदार लोग ही कहिंदे ने कि जिहड़ा इंसान बहुत उदास रहिंदा है, बहुत मायूस रहिंदा है, ਉਹ ਹਰ ਹਾਲਤ ਦੇ ਵਿੱਚ ਇੱਕ ਮੂਰਖ ਇਨਸਾਨ ਹੈ। ਉਸ ਨੂੰ ਦੁਨੀਆਦਾਰੀ ਦੀ ਸਮਝ ਨਹੀਂ, ਉਸ ਨੂੰ ਪਰਮਾਤਮਾ ਦੀ ਸਮਝ ਨਹੀਂ। ਉਹ ਕਹਿੰਦੇ ਨੇ ਕਿ ਉਹ ਇਨਸਾਨ ਜੋ ਮੂਰਖ ਹੈ, ਉਸ ਦੀ ਜ਼ੁਬਾਨ ਕੁਛ ਹੋਰ ਕਹਿੰਦੀ ਹੈ, ਸੋਚਦਾ ਉਹ ਕੁਛ ਹੋਰ ਹੈ, ਕਰਦਾ ਉਹ ਕੁਛ ਹੋਰ ਹੈ, ਤੇ ਅਜਿਹਾ ਇਨਸਾਨ ਹੀ ਮਾਯੂਸ ਰਹਿੰਦਾ ਹੈ, ਉਦਾਸ ਰਹਿੰਦਾ ਹੈ। ਕਿਉਂਕਿ ਜੇਕਰ ਕੋਈ ਸ਼ਖਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਜੇਕਰ ਕਿਸੇ ਆਦਮੀ ਨੂੰ ਪਰਮਾਤਮਾ ਦੇ ਉੱਤੇ ਭਰੋਸਾ ਹੈ ਅਤੇ ਉਹ ਸਤਿਗੁਰ ਨੂੰ ਆਪਣਾ ਦੀਨ ਮੰਨਦਾ ਹੈ, ਇਮਾਨ ਮੰਨਦਾ ਹੈ, ਤਾਂ ਉਸਨੂੰ ਇਹ ਹਰ ਹਾਲਤ ਦੇ ਵਿੱਚ ਮੰਨਣਾ ਪਵੇਗਾ ਕਿ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਸਭ ਕੁਛ ਹੁੰਦਾ ਹੈ। ਉਸਨੂੰ ਇਹ ਗੱਲ ਮੰਨਣੀ ਹੀ ਪਵੇਗੀ ਕਿ ਹਰ ਇੱਕ ਚੀਜ਼ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਇੱਕ ਪੱਤਾ ਵੀ ਪਰਮਾਤਮਾ ਦੀ ਮਰਜ਼ੀ ਬਿਨਾਂ ਨਹੀਂ ਝੂਲਦਾ। ਫਿਰ ਉਦਾਸੀ ਕੈਸੀ, ਫਿਰ ਮਾਯੂਸੀ ਕੈਸੀ? ਵਾਹਿਗੁਰੂ ਤੇ ਭਰੋਸਾ ਕਰਨ ਵਾਲਾ ਕਦੇ ਵੀ ਉਦਾਸ ਨਹੀਂ ਹੁੰਦਾ, ਕਿਉਂਕਿ ਉਹ ਬੇਚਾਰਾ ਨਹੀਂ ਹੁੰਦਾ। ਉਸਦਾ ਚਾਰਾ ਪਰਮਾਤਮਾ ਹੁੰਦਾ ਹੈ, ਉਸਦਾ ਚਾਰਾ ਵਾਹਿਗੁਰੂ ਹੁੰਦਾ ਹੈ। ਜਦੋਂ ਵੀ ਉਸਨੂੰ ਲੱਗਦਾ ਹੈ ਕਿ ਮੇਰੇ ਨਾਲ ਕੁਛ ਬੁਰਾ ਹੋ ਰਿਹਾ, ਮਾੜਾ ਘਟ ਰਿਹਾ, ਉਦੋਂ ਪਰਮਾਤਮਾ ਦੇ ਦਰ ਤੇ ਜਾ ਕੇ ਪਰਮਾਤਮਾ ਦਾ ਓਟ ਆਸਰਾ ਲੈਂਦਾ ਹੈ ਤੇ ਜਦੋਂ ਉਹ ਜਾ ਕੇ ਮੱਥਾ ਟੇਕ ਰਿਹਾ ਹੁੰਦਾ, ਉਦੋਂ ਮਨ ਵਿੱਚ ਇਹ ਚੀਜ਼ ਹੁੰਦੀ ਹੈ ਕਿ ਪਰਮਾਤਮਾ ਨੇ ਮੈਨੂੰ ਇਸ ਘੜੀ ਚੋਂ ਕੱਢ ਲੈਣਾ, ਪਰਮਾਤਮਾ ਨੇ ਮੇਰੇ ਹੀਲੇ ਵਸੀਲੇ ਆਪ ਕਰਨੇ ਨੇ, ਮੇਰੇ ਅਸਾਸੇ ਆਪ ਤਿਆਰ ਕਰਨੇ ਨੇ। ਜਦੋਂ ਮੱਥਾ ਟੇਕਣ ਜਾਂਦਾ, ਬੇਸ਼ੱਕ ਆਪਣੇ ਨਾਲ ਮਾਯੂਸੀ ਲੈ ਜਾਂਦਾ ਹੋਵੇ, ਪਰ ਉੱਥੇ ਪਰਮਾਤਮਾ ਉਸ ਤੋਂ ਮਾਯੂਸੀ ਲੈ ਕੇ ਉਸਨੂੰ ਮੁਸਕਰਾਹਟ ਦੇ ਦਿੰਦੇ ਨੇ। ਇਹੀ ਕਾਰਨ ਹੈ ਕਿ ਰਾਤ ਜਦੋਂ ਸਭ ਤੋਂ ਗਹਿਰੀ ਹੁੰਦੀ ਹੈ, ਉਹੀ ਵਕਤ ਹੁੰਦਾ ਹੈ ਸੁਬਾਹ ਨਿਕਲਣ ਦਾ। ਸਭ ਤੋਂ ਜ਼ਿਆਦਾ ਕਾਲੇ ਬੱਦਲਾਂ ਵਿੱਚੋਂ ਹੀ ਸਭ ਤੋਂ ਚੰਗਾ ਮੀਂਹ ਪੈਂਦਾ ਹੈ। ਸੋ ਉਦਾਸੀ ਮਾਯੂਸੀ ਤਿਆਗ ਕੇ ਚਿਹਰੇ 'ਤੇ ਮੁਸਕਰਾਹਟ ਨਾਲ ਸਤਿਗੁਰ ਦੇ ਪਾਣੀ ਨੂੰ ਮੰਨਣਾ ਸ਼ੁਰੂ ਕਰੀਏ ਅਤੇ ਇਹ ਮੰਨ ਲਈਏ ਕਿ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਨੇ। ਉਹਨਾਂ ਨੇ ਜੇ ਸਾਨੂੰ ਇੱਥੇ ਭੇਜਿਆ, ਸਾਡੀ ਚਿੰਤਾ ਵੀ ਉਹਨਾਂ ਨੂੰ ਹੈ, ਸਾਡੀ ਫਿਕਰ ਵੀ ਉਹਨਾਂ ਨੂੰ ਹੈ, ਅਤੇ ਇਹ ਗੱਲ ਵੀ ਨਾਲ ਮਨ ਦੇ ਵਿੱਚ ਹਮੇਸ਼ਾ ਰੱਖੀਏ ਕਿ ਪਰਮਾਤਮਾ ਦੀ ਮਰਜ਼ੀ ਬਿਨਾਂ ਕੁਛ ਵੀ ਨਹੀਂ ਹੁੰਦਾ। ਜੋ ਕੁਛ ਹੋ ਰਿਹਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ, ਪਰਮਾਤਮਾ ਦੀ ਮਰਜ਼ੀ ਦੇ ਵਿੱਚ ਹੋ ਰਿਹਾ। ਇਸ ਕਰਕੇ ਤੇਰਾ ਭਾਣਾ ਮਿੱਠਾ ਲਾਗੇ ਕਰਕੇ ਵਾਹਿਗੁਰੂ ਨੂੰ ਯਾਦ ਕਰਦੇ ਰਹੀਏ ਅਤੇ ਚੰਗਾ ਸਮਾਂ ਜ਼ਰੂਰ ਆਵੇਗਾ।